ਜਿਹੜੇ ਵਡੇਰੇ ਸਾਡੇ ਨੇ ਉਹ ਸਵੇਰ ਸਵੇਰ ਦੁੱਧ ਲੈਣ ਜਾਂਦੇ ਹੁੰਦੇ ਆਣ ਤੇ ਮੈਂ ਨਿੱਕਰ ਪਾ ਕੇ ਤੇਲ ਲਾ ਕੇ ਦੌੜਦਾ ਪਹਾਂਦਾ ਇਹ ਤੋਂ ਮੈਂ ਦਾਦੇ ਰਾਂ ਨਾਲ ਆ ਕੇ ਬੱਚੇ ਦਾ ਲਾਜ ਕਰੋ ਪਾਗਲ ਹੋ ਗਿਆ ਆਵਾਂ ਤੁਹਾਡੀ ਰਜ਼ਾਈਆਂ ਚ ਵੜ ਕੇ ਸੁੱਤੀ ਜ ਤੇ ਨੰਗਾ ਭਜਦਾ ਫਿਰਦਾ ਇਹ ਬੜੀ ਮਿਹਨਤ ਕਰਨੀ ਪਉਂਦੀ ਹੈ ਤਾਂ ਜਾ ਕੇ ਦਨ ਮਕਾਮ ਮਿਲਦਾ ਹੈ ਜਾ ਮਾਸ਼ਾਅੱਲਾ ਕੋਈ ਵੀ ਜਿਹੜਾ ਅੱਛਾ ਖਿਡਾਰੀ ਹੋ ਉਹ ਮਹੀਨੇ ਦਾ 3 ਲੱਖ ਰੁਪਇਆ ਈਜ਼ੀ ਕਮਾ ਲ ਕਮਾ ਲੈਂਦਾ ਜਿਹੜਾ ਸਾਡੇ ਵਾਲਦਾਂ ਰੋਕਦੇ ਨੇ ਉਹ ਇਸ ਵਜ੍ਹਾ ਤੇ ਰੋਕਦੇ ਨੇ ਕਿ ਜਿਸ ਟਾਈਮ ਦੁਆਨ ਕੋਈ 60 ਲੱਖ ਜਾਂਦੀ ਹੈ ਤੇ ਫਿਰ ਕੋਈ ਵੀ ਡਾਡਾ ਸੰਗੀ ਨਹੀਂ ਬਣਦਾ ਤੇ ਮੈਨ ਜਿਹੜੀ ਮੋਰੀਆਂ ਦੀ ਪ੍ਰੋਬਲਮ ਜਸਟੈਂਪ ਬਣੀ ਹੈ ਉਸ ਟਾਈਮ ਮੇਰਾ ਵੀ ਬਿਲਕੁਲ ਮੋਬਾਈਲ ਤੇ ਕੋਈ ਕਾਲ ਨਾ ਜਾਂਦੀ ਹੁਣ ਦੋ ਦੋ ਫੋਨ ਰੱਖੇ ਦਵਾਈ ਦੇ ਰਹਿੰਦੇ ਨੇ बच्चे मम्मी डेडी चीज करते पीजा बर्गर बिलकुल नहीं। नहीं, तो गुजर खान रुआत लो मैच खेड के आंदी आई एक और मेरा दोस्त है जिसमे आ रही सुपतेन सोना पुलिस आए सन रोक लेंदे सन ट्रॉफिया आदि यही आने क्रिकेट खेल के आ रहे कबड्डी का दिन मनना ਕਿ ਅਨਰ ਪੈਸੇ ਲੈ ਕੇ ਪ੍ਰੀ ਪਲਾਨ ਹੋ ਜਾਂਦੇ ਨਾ ਅਗਰ ਮੈਂ ਦੁਆਨ ਹੋਣਾ ਅੱਖਾਂ ਬਾਬ ਤੁਸੀਂ ਮੈਨ ਸਿਰਫ ਇੱਕ ਚੰਡ ਮਾਰਨ ਦਿਓ ਤੇ ਮੈਂ ਦੁਆਨ 20000 ਰੁਪਿਆ ਕੈਸ਼ ਵੀ ਦੇਣਾ ਤੇ ਗਰਾਊਂਡ ਦੇ ਬੰਦਿਆਂ ਨੇ ਵੇਖਣਾ ਕੱਲ ਤੁਹਾਡੀ ਵੀਡੀਓ ਅਪਲੋਡ ਹੋਵੇ ਦੀ ਤੇ ਪੂਰੀ ਦੁਨੀਆ ਦੁਆਨ ਵੇਖ ਕੇ ਦੀ ਤੁਸੀਂ ਇਹ ਕਰ ਲਓ ਤੇ ਉਹ ਵੀ ਤੂੰ ਥੋੜਾ ਵੱਧਾ ਉਹ ਕਰ ਲੈ ਸਾ ਤੇ ਸਾਨ ਤੇ 10-10000 ਲੱਭ ਦੇ ਲੈ ਸਾ ਤੂੰ ਤੇ 20 ਤੇ ਵੀ ਨਾ ਰਾਜ਼ੀ ਫਿਰ ਕਿਵੇਂ ਬੰਦਾ ਇੱਜ਼ਤ ਨਾਲ ਅੱਗੇ ਕੋਈ ਚੀਜ਼ ਨਹੀਂ ਪਿਆਰੀ ਜਸਟ ਐਮਟਰੀ ਹੋਣੀ ਸੀ ਸਰਕਲ ਕਬੱਡੀ ਦੇ ਵਿੱਚ ਪਾਕਿਸਤਾਨ ਲੈਵਲ ਤੇ ਤੇ ਉਸ ਟਾਈਮ ਮਸਲਾ ਬਣ ਗਿਆ ਮੋਰਿਆਂ ਦਾ ਡਾਕਟਰਾਂ ਫਿਰ ਆਖਿਆ ਤੁਸੀਂ ਰੈਸਟ ਕਰੋ ਨੇ ਤੇ ਦੌੜੀ ਜ਼ਿੰਦਗੀ ਦਾ ਇਹ ਮਸਲਾ ਹੈ 2024 ਵਿੱਚ ਇਨਸ਼ਾਅੱਲਾ ਸੀ ਪਾਕਿਸਤਾਨ ਲੈਵਲ ਤੇ ਸਰਕਲ ਵੀ ਖੇਡਾਂਗੇ ਸਹੀ ਦੇ ਹੁੰਦਾ ਹੈ ਬਸ 2-4 ਮਹੀਨੇ ਵਿੱਚ ਮੈਨੂੰ ਵੀ ਨਾਰੀ ਫੇਮ ਲੱਭ ਜਾਏ ਤੋ ਇਹ ਨਹੀਂ ਵੇਖਦੇ ਅਸੀਂ 20 ਸਾਲ ਸਾਡੇ ਲੱਗੇ ਤਾਂ ਜਾ ਕੇ ਅਸੀਂ ਇਸ ਮਕਾਮ ਤੇ ਪਹੁੰਚੇ ਹਾਂ ਲੋ ਜੀ ਆ ਗਿਆ ਗੁੰਦਰ ਗੁੰਦਰ ਆਸੇ ਵੀ ਤਾੜੀ ਮਾਰ ਦਿਓ ਇਹ ਤਕਰੀਬਨ 5000 ਰੁਪਇਆ ਸੀ ਫੀਸ ਲੈਣੇ ਮੈਚ ਖੇਡ ਲੈਣ ਦੀ ਔਰ ਦੂਸਰਾ ਗੱਡੀ ਦਾ ਰੈਂਟ ਜਿਹੜਾ ਹੁੰਦਾ ਹੈ ਉਹ ਜਿਆਦਾ ਬਹੁਤ ਥੋੜੀ ਹੈ ਏ ਵੀ ਕੋਨੇ ਦੇ ਅੰਦਰ ਕਾ ਲਾਉ ਨਹੀਂ ਕਰ ਰਿਹਾ ਜੀ ਰਾਮ ਸੜ ਕੇ ਜਾਵੇ ਥੋੜਾ ਹੀ ਨਿਕਲੇ ਆ ਮੰਡੀ ਬਾਲ ਦੇ ਨਾ ਸ਼ੇਰਾਂ ਦਾ ਸ਼ਹਿਰ ਕਹਿੰਦੇ ਨੇ ਮਾਸ਼ਾਅੱਲਾ ਇੱਥੋਂ ਦੇ ਲੋਕ ਜਿਹੜੇ ਨਾ ਬਹੁਤ ਜ਼ਿਆਦਾ ਦਲੇਰ ਨੋ

ਡੇਰਾ ਬਣਿਆ ਲੋਕ ਆ ਰਹੇ ਨੇ ਖਾਣਾ ਫੀ ਫਰੀ ਕਰ ਰਹੇ ਤੁਸੀਂ ਜਿਹੜੇ ਸਟੂਡੈਂਟ ਉਹਨਾਂ ਨੂੰ ਵੀ ਟ੍ਰੇਨ ਕਰ ਰਹੇ ਹੋ ਤਾਂ ਕਬੱਡੀ ਜਿੰਨੇ ਪੈਸੇ ਹਨ ਕੇ ਸਾਰਾ ਕੁਝ ਮੈਨੇਜ ਹੋ ਸਕਦਾ ਮਾੜੀ ਮੋਟੀ ਗੱਡੀ ਵੀ ਰੱਖੀ ਹੈ ਕਪੜੇ ਜੁੱਤੀ ਵੀ ਚੰਗਾ ਲਾਏ ਆ ਜੇ ਮਾਸ਼ਾਅੱਲਾ ਕੋਈ ਵੀ ਜਿਹੜਾ ਅੱਛਾ ਖਿਡਾਰੀ ਹੋ ਮਹੀਨੇ ਦਾ 3 ਲੱਖ ਰੁਪਿਆ इजीली ਕਮਾ ਲੈਂਦਾ ਹੈ ਤੇ ਪਰ ਇਹ ਖਿਡਾਰੀ ਤੇ ਹੁੰਦਾ ਹੈ ਕਿ ਉਹ ਆਪਣੀ ਜ਼ਾਤ ਤੇ ਲਾਂਦਾ ਹੈ ਜਾਂ ਜੋ ਨੌਜਵਾਨ ਬੱਚੇ ਤਿਆਰ ਹੋ ਰਹੇ ਹਨ ਉਹਨਾਂ ਤੇ ਵੀ ਲਾਂਦਾ ਹੈ ਸਾਡਾ ਇਹ ਮਕਸਦ ਹੈ ਕਿ ਨੌਜਵਾਨ ਬੱਚੇ ਤਿਆਰ ਕਰੀਏ ਉਹਨਾਂ ਨਸ਼ਾ ਫਾਸ਼ਿਦੋ ਪਜਾ ਕੇ ਗੇਮਾਂ ਦੇ ਤਰਫ ਲੈ ਕੇ ਆ ਵੀਏ ਤਾਂ ਕਿ ਇੱਕ ਅੱਛੇ ਇਨਸਾਨ ਬਣਨ ਇੱਕ ਕਾਮਯਾਬ ਖਿਡਾਰੀ ਬਣਨ ਕੇ ਉਹਨਾਂ ਦਾ ਰੋਜ਼ਗਾਰ ਬਣ ਜਾਏ ਅੱਛਾ ਖਿਡਾਰੀ ਉਦੋਂ ਤੱਕ ਪੈਸੇ ਕਮਾਉਂਦਾ ਜਦੋਂ ਤੱਕ ਉਹ ਮੈਦਾਨ ਵਿਦੇ ਵਿੱਚ ਹੈ ਅਗਰ ਉਹਨੂੰ ਕੋਈ ਇੰਜਰੀ ਹੋ ਜਾਂਦੀ ਹੈ ਜਾਂ ਮੈਦਾਨ ਤੋਂ ਉਹਨੂੰ ਦੂਰ ਜਾਣਾ ਪੈਂਦਾ ਫਿਰ ਉਹਦੀ ਕਿਸ ਨਾਲ ਸਿਕਿਓਰ ਹੋ ਲਾਈਫ ਸਾਰੇ ਬਹੁਤ ਜ਼ਿਆਦਾ ਇਸ਼ੂ ਹੈ ਜਿਹੜੇ ਸਾਡੇ ਵਾਲਦਾਂ ਰੋਕਦੇ ਨੇ ਉਹ ਇਸ ਵਜ੍ਹਾ ਤੇ ਰੋਕਦੇ ਨੇ ਕਿ ਜਿਸ ਟਾਈਮ ਦੁਆਨ ਕੋਈ 60 ਲੱਖ ਜਾਂਦੀ ਹੈ ਤੇ ਫਿਰ ਕੋਈ ਵੀ ਡਾਡਾ ਸੰਗੀ ਨਹੀਂ ਬਣਦਾ ਤੇ ਮੈਂ ਜਿਹੜੀ ਮੋਰੀਆਂ ਦੀ ਪ੍ਰੋਬਲਮ ਜਸਟੈਂਪ ਬਣੀ ਹੈ ਉਸ ਮੋਬਾਈਲ ਤੇ ਕੋਈ ਕਾਲ ਨਾ ਜਾਂਦੀ ਹੁਣ ਦੋ ਦੋ ਫੋਨ ਰੱਖੇ ਦਵਾਈ ਦੇ ਰਹਿੰਦੇ ਨੇ ਜਿਸ ਤਰ੍ਹਾਂ ਦੋ 60 ਲੱਗ ਜਾਂਦੀ ਐ ਫਿਰ ਤੁਹਾਡਾ ਕੋਈ ਵੀ ਨਹੀਂ ਸਾਈਂ ਪੜਦਾ ਜਿਹੜੇ ਤੱਕ ਮੈਦਾਨ ਛਲੋਤੇ ਤੁਸੀਂ ਸਟਾਰ ਹੋ ਮੈਦਾਨ ਚ ਬਾਹਰ ਜ਼ੀਰੋ ਹੋ ਜਾਂਦੇ ਜੇ 60 ਦੋਨ ਲੱਗ ਜਾਏ ਜਾਂ ਤੁਹਾਡੀ ਗੇਮ ਨਹੀਂ ਅੱਛੀ ਤੇ ਫਿਰ ਤੁਸੀਂ ਜ਼ੀਰੋ ਹੀ ਹੋ ਗਏ ਐਮ ਅੱਛੀ ਐ ਤੇ ਫਿਰ ਤੁਹਾਡੇ ਪਿੱਛੇ ਤਾੜੀਆਂ ਮਾਰਨਾਂ ਦੀ ਲੈਣਾ ਲੱਗੀਆਂ अच्छा ਤੁਸੀਂ ਇੱਕਦੋਂ ਦੀ ਕਬੱਡੀ ਖੇਡਦੇ ਹੋ ਕਿਤਨਾ عرصਾ ਹੋ ਗਿਆ ਤਾਂ ਜਿਹੜਾ ਸ਼ੁਰੂ ਕੀਤਾ ਸੀ ਹੈ ਤਾਂ ਕਿਸਾਂ ਕੋਈ ਸਾਨੀ ਜਾਂ ਮੁਸ਼ਕਲ ਹੋਈ ਸੀ ਜੈ ਮੈਂਨ ਤਕਰੀਬਨ 20 ਸਾਲ ਹੋ ਗਿਆ ਕਬੱਡੀ ਖੇਡਦੇ ਆ ਸਟਾਰਟ ਵੇ ਤੇ ਹਰ ਪਲੇਅਰ ਨੂੰ ਮੁਸ਼ਕਲ ਹੁੰਦੀ ਹੈ ਅੱਗੇ ਜਾਣਾ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਹੈ ਤੇ ਹੁਣ ਤੇ ਸੋਸ਼ਲ ਮੀਡੀਆ ਦਾ ਦੌਰ ਹੈ ਕੋਈ ਇੱਕ ਖਿਡਾਰੀ ਵੀ ਮੇਰੇ ਕੋ ਨਾਸ ਜਾਇਦਾ ਤੋਂ ਹੀਰੋ ਬਣ ਜਾਦਾ ਤੁਸੀਂ ਮਿਹਨਤ ਕਰੋ ਤੇ ਇਨਸ਼ਾਅੱਲਾ ਚ ਖਿਡਾਰੀ ਸੋਸ਼ਲ ਮੀਡੀਆ ਦਾ ਮੈਂ ਤਾਂ ਮੈਂ ਬਣਾ ਦੇਵਾਂਗਾ ਅੱਛਾ ਕਬੱਡੀ ਅਸੀਂ ਦੇਖਣ ਜਾਂਦੇ ਹਾਂ ਉੱਥੇ ਇਹ ਕਿਹਾ ਜਾਂਦਾ ਵੀ ਇਹ ਸਾਰਾ ਕੁਝ ਪਹਿਲਾਂ ਪ੍ਰੀ ਪਲਾਨ ਹੁੰਦਾ ਵਾ ਆਪਸੀ ਪਲੇਅਰ ਮੁਕੇ ਹੁੰਦੇ ਕਿ ਨਾ ਨਸਾਣਾ ਵਾ ਕਿ ਨਾ ਨਸਾਣਾ ਵਾ ਇੱਕ ਗੱਲ ਸਹੀ ਹੈ ਗੱਲ ਇਤਨੀ ਸਹੀ ਹੈ ਅਨਰ ਪੈਸੇ ਲੈ ਕੇ ਪ੍ਰੀ ਪਲਾਨ ਹੋ ਜਾਂਦੇ ਨੇ ਅਗਰ ਮੈਂ ਦੁਆਨ ਹੋਣਾ ਖਾਬ ਤੁਸੀਂ ਮੈਂ ਸਿਰਫ ਇੱਕ ਚਾਂਡ ਮਾਰਨ ਦਿਓ ਤੇ ਮੈਂ ਤੁਹਾਨੂੰ 20000 ਰੁਪਿਆ ਕੈਸ਼ ਵੀ ਦੇਣਾ ਸਿਰਫ ਇਥੇ ਗਰਾਊਂਡ ਸਿਰਫ ਇਥੇ ਗਰਾਊਂਡ ਦੇ ਬੰਦਿਆਂ ਨੇ ਵੇਖਣਾ ਕੱਲ ਤੁਹਾਡੀ ਵੀਡੀਓ ਅਪਲੋਡ ਹੋਵੇ ਦੀ ਤੇ ਪੂਰੀ ਦੁਨੀਆ ਦਾਨ ਵੇਖ ਕੇ ਦੀ ਤੁਸੀਂ ਇਹ ਕਰ ਲੋਦੇ तो थो थोड़ा बदला सा। तो कोई चीज़ नहीं प्यारी अच्छा प्लेयर जितने भी ज्यादातर इंजरी आती है कमर की जो बुढ़ापे जाते मुश्किल नहीं आती आदमी बुढ़ापे जा खत्म हो जाते ਨੇ ਤੁਹਾਡੀ ਖੁਰਾਕ ਅੱਛੀ ਹੋਵੇ ਤੇ ਫਿਰ ਮਰਦ ਬੁਢਾ ਹੁੰਦੇ ਨਹੀਂ ਕਿਉਂਕਿ ਜਿਹੜਾ ਵੀ ਖਿਡਾਰੀ ਉਹਦੀ ਆਮ ਇਨਸਾਨ ਨਾਲੋਂ ਅੱਛੀ ਖੁਰਾਕ ਹੁੰਦੀ ਏ ਔਰ ਉਹ ਦੂਜਿਆਂ ਬੰਦਿਆਂ ਨਾਲੋਂ ਜ਼ਿਆਦਾ ਤੇਰ ਜਿੰਦਾ ਵੀ ਏ ਔਰ ਅੱਛੇ ਤਰੀਕੇ ਨਾਲ ਜਿੰਦਾ ਵੀ ਏ ਤੁਹਾਡੀ ਅਗਰ ਗੇਮ ਖਤਮ ਹੀ ਹੋ ਗਈ ਏ ਤਾਂ ਰੈਗੂਲਰ ਆਪਣੀ ਵਾਕ ਜਾਂ ਟ੍ਰੇਨਿੰਗ ਕਰਦਾ ਰਹਿੰਦਾ ਹੈ ਤੇ ਉਸਨੂੰ ਇਤਨਾ ਅਸਰ ਨਹੀਂ ਪੈਂਦਾ ਕੀ ਖੁਰਾਕ ਹੈ ਤੁਹਾਡੀ ਇੱਕ ਨਾਰਮਲ ਬੰਦੇ ਨਾਲੋਂ ਕਿੰਨੀ ਕੁ ਜ਼ਿਆਦਾ ਖੁਰਾਕ ਹੈ ਜ਼ਿਆਦਾ ਮਸਲਾ ਸਾਡਾ ਹੀ ਨਾਰਮਲ ਤੇ ਸਾਡੇ ਸਾਡੇ ਵਿੱਚ ਫਰਕ ਕਿ ਕਿਸੇ ਫਾਸਟ ਫੂਡ ਪੀਜ਼ਾ ਵਗੈਰਾ ਜਾਂ ਕੋਈ ਬੋਤਲ ਵਗੈਰਾ ਯੂਜ਼ ਨਹੀਂ ਕਰਦੇ ओरिजिनल ਚੀਜ਼ਾਂ ਯੂਜ਼ ਕਰ ਨਦੇ ਸਗੀ ਮਟਨ ਜਿਨਾ ਵੇ ਤਾਕਤ ਹੈ ਉਹ ਚੀਜ਼ਾਂ ਯੂਜ਼ ਕਰਦੇ ਆ ਜਿਹੜੀਆਂ ਬੱਚੇ ਮੰਮੀ ਡੈਡੀ ਚੀਜ਼ਾਂ ਯੂਜ਼ ਕਰਦੇ ਨੇ ਉਹ ਅਸੀਂ ਨਹੀਂ ਖਾਂਦੇ ਪੀਜ਼ਾ 버ਗਰ ਨਹੀਂ ਖਾਂ ਪੀਜ਼ਾ 버ਗਰ ਬਿਲਕੁਲ ਬੋਤਲ ਕੋਈ ਕਦੇ ਕਿਰਾ ਵੀ ਨਹੀਂ ਨਹੀਂ ਕਦੇ ਵੀ ਨਹੀਂ ਅੱਛਾ ਤੁਹਾਡੀ ਜਸਮ ਜਿਹੜੀ ਹੈ ਉਹ ਬਿਲਕੁਲ ਮਤਲਬ ਪਲਵਾਨਾ ਹਰਦੀ ਨਹੀਂ ਹੈ ਪਲਵਾਨ ਹੁੰਦੇ ਡੋਲੇ ਸ਼ੋਲੇ ਅਛਾਤੀ ਚੋਤੀ ਨਿਕਲੀ ਹੈ ਉਹ ਤੁਹਾਡੀ ਚੀਜ਼ੀਆਂ ਦੀ ਕੀ ਵਜ੍ਹਾ ਬਸ ਕੁਦਰਤੀ ਅੱਲਾਹ ਪਾਕ ਦੇ ਤਰਫੋਂ ਹੀ ਫਿਰ ਇਤਨਾ ਜਸਮ ਹੋਣ ਤੇ ਕੋ ਜੋ ਗਿਆ ਬਿਹਤਰ ਸਟਾਰਟ ਵੇ ਤੇ ਬਿਲਕੁਲ ਮਹਿਸੂਸ ਹੀ ਨਹੀਂ ਹੁੰਦਾ ਅਸੀਂ ਜਿਸ ਟਾਈਮ ਐ ਇਹ ਤੋਂ ਗੁਜਰ ਖਰਵਾਤ ਲੋ ਮੈਚ ਖੇਡ ਕੇ ਆਂਦੇ ਆ ਇਹ ਇੱਕ ਹੋਰ ਮੇਰਾ ਦੋਸਤ ਹੈ ਉਹ ਦਾ ਜਿਸ ਮੇਰੇ ਆ ਰਹੀ ਹੈ ਇਸ ਹਫਤੇਂ ਜ਼ੋਨਾ ਤੇ ਪੁਲਿਸ ਵਾਲੇ ਸਾਨੂੰ ਰੋਕ ਲੈਂਦੇ ਸਨ ਟਰਾਫੀਆਂ ਹੁੰਦੀਆਂ ਰਸੀ ਇਹ ਯਾਨੀ ਅਸੀਂ ਕ੍ਰਿਕਟ ਖੇਡ ਕੇ ਆ ਰਹੇ ਆ ਕਿ ਕਬੱਡੀ ਦਾ ਦਿਨ ਬਣਣਾ ਨਹੀਂ ਅੱਛਾ ਕਬੱਡੀ ਹੁੰਗਾ ਜਿਹੜੀ ਪਾਕਿਸਤਾਨ ਲੈਵਲ ਦਾ ਵੀ ਖੇਡੀ ਜਾਂਦੀ ਹੈ ਬੜੇ ਬੜੇ ਮਾਇਨਾਜ਼ ਖਿਡਾਰੀ ਤੁਹਾਨੂੰ ਅਸਾਂ ਕਦੇ ਨਹੀਂ ਦੇਖਿਆ ਇੰਟਰਨੈਸ਼ਨਲੀ ਪਾਕਿਸਤਾਨ ਨੂੰ ਰਿਪਰੈਜ਼ੈਂਟ ਕਰਦੇ ਆ ਮੈਂ ਮੋਰਿਆਂ ਦਾ ਮਸਲਾ ਬਣ ਗਿਆ ਸੀ ਕੋਈ 5-7 ਸਾਲ ਹੀ ਖੇਡ ਰਿਹਾ ਤੇ ਜਿਸ ਟਾਈਮ ਇੰਟਰੀ ਹੋਣੀ ਸੀ ਸਰਕਲ ਕਬੱਡੀ ਦੇ ਵਿੱਚ ਪਾਕਿਸਤਾਨ ਲੈਵਲ ਤੇ ਤੇ ਉਸ ਟਾਈਮ ਮਸਲਾ ਬਣ ਗਿਆ ਮੋਰਿਆਂ ਦਾ ਡਾਕਟਰਾਂ ਫਿਰ ਆਖਿਆ ਤੁਸੀਂ ਰੈਸਟ ਕਰੋ ਨਹੀਂ ਤੇ ਤੁਹਾਡੀ ਜ਼ਿੰਦਗੀ ਦਾ ਮਸਲਾ ਹੈ ਤੇ ਫਿਰ ਰੈਸਟ ਕੀਤੀ ਹੁਣ ਮਾਸ਼ਾਅੱਲਾ ਫਿਰ ਟ੍ਰੇਨਿੰਗ ਸ਼ੁਰੂ ਕੀਤੀ ਹੈ 2024 ਵਿੱਚ ਇਨਸ਼ਾਅੱਲਾ ਸੀ ਪਾਕਿਸਤਾਨ ਲੈਵਲ ਤੇ ਸਰਕਲ ਵੀ ਖੇਡਾਂਗੇ ਅੱਛਾ ਤੁਸੀਂ ਤਾਂ ਜੀ ਟ੍ਰੇਨਿੰਗ ਦਿੰਦੇ ਹੋ ਤੁਹਾਡਾ ਕੋਈ ਸ਼ਾਗਿਰ ਸਟੂਡੈਂਟ ਜਿਹੜਾ ਵਾ ਉਹ ਕਿਹੜਾ ਰਿਪਰਿਜ਼ੈਂਟ ਵੀ ਕੀਤਾ ਕਿਸੇ ਗਰਾਊਂਡ ਵਿੱਚ ਪਰੇਜ਼ ਐਂਡ ਸਰ ਤਾਂ ਕਰਨ ਜੇ ਕੋਈ ਸਾਡੇ ਜਿੰਨੇ ਮਾਰ ਖਾਣ ਜਾਂ ਸਾਡੇ ਜਿੰਨਾ ਓਵਰ ਸਾ ਗੇਮ ਨੂੰ ਦੇਣ ਜਿਹੜਾ ਵੀ ਖਿਡਾਰੀ ਆਂਦਾ ਹੈ ਉਹ ਸਾਡਾ ਸੋਸ਼ਲ ਮੀਡੀਆ ਤੇ ਸਿਸਟਮ ਉਸ ਵੇਖ ਕੇ ਆਂਦਾ ਦਾ ਇਹ ਹੀ ਦੇ ਲੰਦਾ ਹੈ ਬਸ ਦੋ ਚਾਰ ਮਹੀਨੇ ਵਿੱਚ ਮੈਨੂੰ ਵੀ ਨਾ ਹਾਰੀ ਫੇਮ ਲੱਭ ਜਾਏ ਤੋ ਇਹ ਨਹੀਂ ਵੇਖਦੇ ਅਸੀਂ 20 ਸਾਲ ਸਾਡੇ ਲੱਗੇ ਤਾਂ ਜਾ ਕੇ ਅਸੀਂ ਇਸ ਮਕਾਮ ਤੇ ਪਹੁੰਚੇ ਆਂ ਜਿਸ ਟਾਈਮ ਫੁੱਲ ਸਰਦੀਆਂ ਹੁੰਦੀਆਂ ਹਨ ਤੇ ਉਸ ਟਾਈਮ ਮੈਂ ਜਿਸ ਟਾਈਮ ਟ੍ਰੇਨਿੰਗ ਕਰਦਾ ਸੀ ਬੁੱਢਰੇ ਜਿਹੜੇ ਵਡੇਰੇ ਸਾਡੇ ਨੇ ਉਹ ਸਵੇਰ ਸਵੇਰ ਦੁੱਧ ਲੈਣ ਜਾਂਦੇ ਹੁੰਦੇ ਆਣ ਤੇ ਮੈਂ ਨਿੱਕਰ ਪਾ ਕੇ तेल ला के दौड़ता पे है तो मैं मेरे दाद नजान आ के छोरे का इलाज करो पागल हो गया आवाम डी रजाइया च वाड़ के सुती है नंगा बजा फिर दा। ए बड़ी मेहनत करनी पाँदी है ता जाके मुकाम मिलता है सपोर्ट किया शुरू चाहिए किया सर वालदैन मैंने तो बिल्कुल ना जीरो परसेंट भी सपोर्ट नहीं की मैन बड़ी खुशी होंगी जिस टाइम वालदैन हूँ बच्चे ने इतने मेरे को आके छा आके बस ये बचा एन अच्छा प्लेयर बनाओ और मैं मैं बड़ी खुशी होंगी फिर इन्हें मैं समझा भी हाँ बुरी खुशकिस्मत हो कि द्वन वालदैन इतनी सपोर्ट कर रहे हैं मैन बिल्कुल सपोर्ट नहीं तो मैं इतना अच्छा खिलाड़ी बन गया इतना सैटअप बन गया अगर दिन सपोर्ट भी हो बैक तो मैं भी हो फिर भी खिलाड़ी ना बनो तो द्वीडी बदकिस्मती है अच्छा एक स्टूडेंट ਤੁਹਾਡੇ ਕੋਲ ਆਇਓ ਕਿ ਖੂਬੀ ਹੋਣੀ ਚਾਹੀਦੀ ਹੈ ਵੀ ਉਹ ਕਬੱਡੀ ਦਾ ਅੱਛਾ ਪਲੇਅਰ ਬਣ ਸਕਦਾ ਹੈ ਕਿ ਖੂਬੀ ਬਾ ਤੁਹਾਡੇ ਕੋਲ ਆ ਜਾਵਾ ਹੋ ਖੂਬੀ ਇਹ ਹੀ ਉਹਦੇ ਵਿੱਚ ਹੋਣੀ ਚਾਹੀਦੀ ਹੈ ਕੋਈ ਸ਼ੌਕ ਹੋਣਾ ਚਾਹੀਦਾ ਹੈ ਮੈਂ ਇੱਕ ਅੱਛਾ ਖਿਡਾਰੀ ਬਣਨਾ ਹੈ ਔਰ ਮੈਂ ਲਗੋਟਾ ਜਿਹੜਾ ਇਨਸਾਫ ਰੱਖਣਾ ਕੋਈ ਬਰਾਈ ਐਪ ਨਹੀਂ ਉਹਦੇ ਹੋਣਾ ਚਾਹੀਦੀ ਨਸ਼ੇ ਹਾਸ਼ੀ ਤੋਂ ਦੂਰ ਹੋਣਾ ਚਾਹੀਦਾ ਹੈ ਤਾਂ ਖੁਰਾਕ ਜਿਹੜੀ ਤੁਸੀਂ ਨਾਰਮਲ ਵੀ ਕਸ ਯੂਜ਼ ਕਰਦੇ ਹੋ ਤੇ ਅੱਲਾ ਪਾਕ ਦਾਨ ਇੱਜ਼ਤ ਦਿੰਦਾ ਹੈ ਤੁਹਾਡਾ ਲਗੋਟਾ ਸਾਫ਼ ਹੋਣਾ ਚਾਹੀਦਾ ਹੈ ਔਰ ਤੁਸੀਂ ਜਿਹੜੀ ਮਿਹਨਤ ਹੈ ਉਹ ਤੁਸੀਂ ਜਿੰਨੀ ਜ਼ਿਆਦਾ ਮਿਹਨਤ ਕਰਨੀ ਇਤਨਾ ਅੱਛਾ ਖਿਡਾਰੀ ਬਣਨਾ ਹੈ अच्छा कितना दूध ਤੁਸੀਂ ਪੀ ਲੈਂਦੇ ਹੋ ਕਈ ਖੁਰਾਕ ਸ਼ੱਕ ਆਪਣੀ ਦਸੋ ਨਾ ਕੋਈ ਦਿਹਾੜਦੀ ਇਹ ਨਾਰਮਲ ਹੀ ਹੈ ਨਹੀਂ ਨਾਰਮਲ ਤੇ ਕੋਨੇ ਖੁਰਾਕ ਇਹ ਪਲਵਾਨਾ ਦਿਓ ਆਮ ਬੰਦਾ ਤੇ ਨਹੀਂ ਅਫੋਰਡ ਕਰ ਸਕਦਾ ਖੁਰਾਕ ਖੁਰਾਕ ਇਹ ਅਸੀਂ ਦੇਸੀ ਚਿਕਨ ਜਿਹੜਾ ਹੈ ਉਹ ਡੇਲੀ ਯੂਜ਼ ਕਰਨਾ ਹੁੰਦਾ ਹੈ ਜਾਂ ਮਟਨਾ ਖਾਣੇ ਵਿੱਚ ਉਹ ਹੁੰਦਾ ਹੈ ਬਦਾਮ ਜਿਹੜਾ ਪਾ ਇੱਕ ਬਦਾਮ ਹੁੰਦੇ ਉਹਨਾਂ ਦਾ ਗੋਟਾ ਜਿਹੜਾ ਉਹ ਅਸੀਂ ਸਵੇਰ ਪੀਨੇ ਆ ਉਹ ਦੋ ਤੋਂ ਤਿੰਨ ਲੀਟਰ ਜਿਹੜਾ ਦੁੱਧ ਪੀਣਾ ਹੁੰਦਾ ਹੈ ਉਸ ਤੋਂ ਇਲਾਵਾ ਜਿਹੜਾ ਫਰੂਟ ਹੈ ਉਹ ਸੇ ਖਾਂਦੇ ਆ ਕੇਲਾ ਸੇਬ ਡਰਾਈ ਫਰੂਟ ਜਿਹੜਾ ਉਹ ਵੀ ਯੂਜ਼ ਕਰਦੇ ਆ ਖੁਰਾਕ ਮਾਸ਼ਾਅੱਲਾ ਬੜੀ ਹੈਵੀ ਹੈ ਤਾਂ ਜਾ ਕੇ ਫਿਰ ਤੁਸੀਂ ਪਹਿਲਵਾਨਾਂ ਨਾਲ ਮੁਕਾਬਲਾ ਕਰ ਸਕਦੇ ਹੋ ਅੱਛਾ ਪਰਸਨਲ ਲਾਈਫ ਵੀ ਤੁਸੀਂ ਕਿਸ ਰਾ ਮਤਲਬ ਦੋਸਤੀ ਯਾਰੀ ਜ਼ਿਆਦਾ ਪਸੰਦ ਆ ਜਾਂ ਕਲਿਆਣਾਣਾ ਜ਼ਿਆਦਾ ਪਸੰਦ ਆ ਕਿ ਤੁਸੀਂ ਜਲ ਫਰੀ ਹੁੰਦੇ ਹੋ ਕੀ ਕਰਦੇ ਹੋ ਜੇ ਮੈਂ ਹਮੇਂਤ ਕਲਿਆਣਾਣਾ ਬਹੁਤ ਪਸੰਦ ਹੈ ਇੱਥੇ ਮੈਂ ਆਪਣਾ ਕੱਲਾ ਬੜਾ ਸਕੂਨ ਵਿੱਚ ਰਹਿੰਦਾ ਮਤਲਬ ਕਲਿਆਣਾਣਾ ਜ਼ਿਆਦਾ ਪਸੰਦ ਆ ਦੋਸਤ ਯਾਰੀ ਇਸ ਦੌਰ ਵਿੱਚ ਹੈ ਹੀ ਕੋਈ ਨਾ ਹੁਣ ਤੁਸੀਂ ਜਿਹੜਾ ਖਿਡਾਰੀ ਤਿਆਰ ਕਰਨਾ ਹੈ ਕੱਲ ਉਸ ਵਿਦਵਾਨੀ ਚੈਲੰਜ ਕਰਨਾ ਹੈ ਕਿਉਂਕਿ ਖਾਨਦਾਨੇ ਬੰਦੇ ਹੁਣ ਹੈ ਨਹੀਂ ਕੋਨਾ ਨਾ ਕੋਈ ਖਾਨਦਾਨੀ ਸ਼ਗੀਰਤ ਰਹਿ ਗਏ ਸ਼ਗੀਰਤ ਵੀ ਜਿਹੜੇ ਨੇ ਉਹ ਵੀ ਦੇਨ ਉਸਤਾਦਾਂ ਨੇ ਛਾੜ ਦੇਣ ਅਸੀਂ ਤੁਹਾਡੇ ਵਾਸਤੇ ਟ੍ਰੇਨਿੰਗ ਤੇ ਆ ਗਏ ਆ ਤੇ ਮੈਂ ਉਹਨਾਂ ਨੇ ਕਹਿਣਾ ਵਾ ਤੁਹਾਡੀ ਵਜ੍ਹਾ ਤੋਂ ਨਾ ਮੈਂ ਕੋਈ ਮੈਚ ਲਬਣਾ ਨਾ ਕੋਈ ਫੇਮ ਲਬਣੀ ਹੈ ਅਸੀਂ ਤੇ ਤੁਹਾਡੇ ਵਾਸਤੇ ਮਿਹਨਤ ਕਰ ਰਹੇ ਆ ਤੁਸੀਂ ਸਾਡੇ ਕੋਲ ਕੋਈ ਸਿੱਖ ਜਾਓ ਪਰ ਕੋਈ ਨਹੀਂ ਅਹਿਸਾਸ ਹੀ ਕੋ ਨਹੀਂ ਸ਼ਹੀਰ ਦਾ ਇਸ ਟਾਈਮ ਕਿਸੇ ਦਾ ਅੱਛਾ ਤੁਸੀਂ ਪੂਰੇ ਪਾਕਿਸਤਾਨ ਦੇ ਵਿੱਚ ਇੰਟਰਨੈਸ਼ਨਲੀ ਵੀ ਟਰੈਵਲ ਕਰਦੇ ਹੋ ਤਾਂ ਕਿਹੜੀ ਜਗ੍ਹਾ ਸਭ ਤੋਂ ਅੱਛੀ ਲੱਗੀ ਹੋਵੇ ਕਿ ਜਿੱਥੇ ਬਹੁਤ ਹੀ ਜ਼ਿਆਦਾ ਲੱਭੀ ਹੋਵੇ ਜਾਂ ਕੋਈ ਲੋਕ ਅੱਛੇ ਲੱਗੇ ਹੋਣ ਜਾਂ ਖਾਣਾ ਅੱਛਾ ਲੱਗਾ ਹੋਵੇ ਕੋਈ ਐਸੀ ਜਗ੍ਹਾ ਪਾਕਿਸਤਾਨ ਵਿੱਚ ਜਾਂ ਇੰਟਰਨੈਸ਼ਨਲੀ ਕਿਧਰ ਵੀ ਜਾਂ ਕਸ਼ਮੀਰ ਦੇ ਲੋਕ ਜਿਹੜੇ ਨੇ ਉਹ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਫਖਰੇ ਕਸ਼ਮੀਰ ਦਾ ਖਤਾਬ ਵੀ ਉਹਨਾਂ ਦਿੱਤੇ ਆ ਔਰ ਚਕਵਾਲ ਜਿਹੜਾ ਹੈ ਉਹਨਾਂ ਵੀ ਸਕਾਫਤ ਨੂੰ ਬੜਾ ਉਜਾਗਰ ਕੀਤਾ ਹੈ ਚਕਵਾਲ ਔਰ ਕਸ਼ਮੀਰ ਦੇ ਜਿਹੜੇ ਲੋਕ ਨੇ ਨਾ ਉਹ ਖਿਲਾੜੀਆਂ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰਦੇ ਨੇ ਔਰ ਪਿਆਰ ਕਰਦੇ ਨੇ अच्छा जब तू सी केस उखाड़े ਦੇ ਵਿੱਚ ਕੋਈ ਐਸਾ ਮਨ ਵਾਕਿਆ ਸੋ ਕਿ ਤੁਹਾਨੂੰ ਡਰ ਲੱਗਾ ਹੋਵੇ ਯਾਰ ਇੱਕ ਤਗੜਾ ਪਹਿਲਵਾਨ ਸਾਹਮਣੇ ਆ ਗਿਆ ਕੋਈ ਐਸਾ ਵਾਕਿਆ ਹੈ ਜੀ ਮੈਂ ਤੇ ਜਿਹੜਾ ਸੀ ਗਰਾਊਂਡ ਵਿੱਚ ਜਾਂਦਾ ਫਿਰ ਸਾਰੇ ਖਿਡਾਰੀ ਮੇਰੇ ਤੋਂ ਅੱਛੇ ਨਾ ਨਾਮ ਵਾਲੇ ਹੁੰਦੇ ਨੇ ਪਹਿਲਵਾਨ ਹੁੰਦੇ ਨੇ ਇਹ ਕੋਈ ਅੱਲਾ ਪਾਕ ਦਾ ਮੇਰੇ ਤੇ ਖਾਸ ਕਰਮ ਹੈ ਕਿ ਅੱਲਾ ਪਾਕ ਇਜ਼ਤ ਨਾ ਨਵਾਜ਼ਦਾ ਨਹੀਂ ਤੇ ਡਰਤੇ ਫਿਰ ਆਰ ਖਿਡਾਰੀ ਨਹੀਂ ਆਉਂਦਾ ਕਿਉਂਕਿ ਜਿਸ ਟਾਈਮ ਗਰਾਉਂਡ ਚ ਜਦੋਂ ਸੀ ਇੰਟਰ ਨਾ ਹੁੰਦੇ ਉਸ ਟਾਈਮ ਤੱਕ ਦਨ ਬੜਾ ਪ੍ਰੈਸ਼ਰ ਤੁਹਾਡੇ ਤੇ ਹੁੰਦਾ ਹੈ ਅਸੀਂ ਜਿਸ ਟਾਈਮ ਗੇਮ ਸਾਡੀ ਸਟਾਰਟ ਹੋ ਜਾਂਦੀ ਹੈ ਫਿਰ ਅਸੀਂ ਰਿਲੈਕਸ ਹੋ ਜਾਂਦੇ ਹਾਂ ਮਿਹਨਤ ਕੀਤੀ ਹੁੰਦੀ ਹੈ ਆਪਣੇ ਆਪ ਤੇ ਯਕੀਨ ਹੁੰਦਾ ਹੈ ਕਿ ਇਨਸ਼ਾਅੱਲਾ ਅੱਲਾ ਪਾਕਿਸਤਾਨ ਫਤਿਹ ਦੇਵੇਗਾ ਅੱਛਾ ਕਿਸੇ ਨੇ ਤੁਹਾਨੂੰ ਆਇਰ ਕਰਨਾ ਵਾ ਬੁਲਾਣਾ ਹੋਵੇ ਆਪਣੇ ਸ਼ਹਿਰ ਕਿਤਨੇ ਕੋ ਪੈਸੇ ਦਿਜੀਏ ਵੀ ਜੁੜਨੇ ਚਾਹੀਦੇ ਇਹ ਤਕਰੀਬਨ 5000 ਰੁਪਇਆ ਸੀ ਫੀਸ ਲੈਨੇ ਮੈਚ ਖੇਲਨੇ ਦੀ ਔਰ ਦੂਸਰਾ ਗੱਡੀ ਦਾ ਰੈਂਟ ਜਿਹੜਾ ਹੁੰਦਾ ਹੈ ਉਹ 5000 ਤਾਂ ਬਹੁਤ ਥੋੜੀ ਹੈ ਏ ਵੀ ਕੋਈ ਨਹੀਂ ਦਿੰਦੇ ਫਾਈਨ ਆ ਵੀ ਸਿਰ ਨਾਲੇ ਵੀ 5000 ਰੁਪਿਆ ਤੁਸੀਂ ਗੱਡੀ ਦਾ ਰੈਂਟ ਬਣ ਜਾਂਦਾ ਹੁਣ ਅਸੀਂ ਮੀਆਂ ਆ ਲਈ ਜਾਂ ਮੀਆਂ ਚੰਨੂ ਜਾਂਦੇ ਆ ਤੇ ਉੱਥੇ ਫਿਰ ਰੈਂਟ ਜ਼ਿਆਦਾ ਬਣਦਾ ਜੇ ਲਮ ਜਾਣਾ ਹੋਵੇ 10000 ਰੁਪਿਆ ਗੱਡੀ ਦਾ ਰੈਂਟ ਹੋ ਜਾਦਾ ਹੁਣ ਸਾਰੇ ਇਹ ਨਾ ਕਬੱਡੀ ਵਿੱਚ ਸਰਕਲ ਵਿੱਚ ਜਿਹੜਾ ਹੈ ਨਾ ਉਹ ਸਮਝੋ 10-15000 ਰੁਪਏ ਦੀ ਟੀਮ ਤੁਹਾਡੀ ਰੇਂਜ ਹੋ ਜਾਂਦੀ ਹੈ ਜ਼ਿਲ੍ਹੇ ਦੀ ਤੇ ਕੱਲਾ ਬੰਦਾ ਆ ਕੇ ਮੈਨੂੰ ਵੀ 5000 ਰੁਪਿਆ ਦਿਓ ਤੋ ਹਰਾਂ ਹੁੰਦੇ ਨੇ ਕਿਉਂਕਿ ਉਹ ਨਾ ਬਾਹਰ ਜਿਹੜਾ ਖਿਡਾਰੀ ਇੰਟਰਨੈਸ਼ਨਲ ਲੈਵਲ ਦੇ ਖੇਡਾਂ ਦੀ ਤੇ ਬਾਰ ਡਿਮਾਂਡ ਹੁੰਦੀ ਹੈ ਵੀ 5000 ਰੁਪਿਆ ਫੀਸ ਕਰਾਇਆ ਉਹਦਾ ਬਣ ਜਾਂਦਾ ਹੈ ਤੇ ਲੋਕਲ ਖਿਡਾਰੀ ਜਿਹੜਾ ਨੂੰ ਵੀ 5000 ਚ ਦੋਵੇਂ ਟੀਮਾਂ ਲੈ ਕੇ ਖੇਡ ਲੈਂਦੇ ਨੇ ਇਹ ਜਾਨੀ ਨੂੰ ਪ੍ਰਮੋਟ ਕਰਨੀ ਜ਼ਰੂਰਤ ਹੈ ਇਹ ਸਰਾ ਪ੍ਰਮੋਟ ਨਹੀਂ ਹੋਇਆ ਹੈ ਕਬੱਡੀ ਰਖੇ ਬਹੁਤ ਜ਼ਿਆਦਾ ਪੈਸੇ ਦਿੱਤੇ ਬਹੁਤ ਜ਼ਿਆਦਾ ਕਮੀ ਹੁੰਨੀ ਅਸੀਂ ਜਿਹੜੇ ਆ ਵੇਖੋ ਨਾ ਇਤਨੇ 10 15 ਮੈਚ ਖੇਲ ਕੇ 3 ਲੱਖ ਰੁਪਿਆ ਉਹਦੇ ਡੋਡੀ ਫੀਸ ਗਾੜੀ ਦਾ ਰੈਂਟ ਹੋਰ ਇਨਾਮਾਤ ਵੀ ਸ਼ਾਮਲ ਹੁੰਦੇ ਨਾ ਤੇ ਆਮ ਜਿਹੜਾ ਖਿਡਾਰੀ ਉਸ ਗਰੀਬੇ ਕੀ ਕਮਾਣਾ ਵਿੱਚ ਅੱਛਾ ਇਹ ਜ਼ਿਆਦਾਤਰ ਜਿਹੜੇ ਪਹਿਲਵਾਨ ਖਿਡਾਰੀ ਆਉਂਦੇ ਨੇ ਪਿੰਡਾਂ ਥਾਵਾਂ ਤੋਂ ਆਉਂਦੇ ਨੇ ਇਹ ਸ਼ਹਿਰਾਂ ਚੋਂ ਕਿਉਂ ਨਹੀਂ ਕੋਈ ਨਿਕਲਦਾ ਸਰ ਇਹ ਗਰਾਊਂਡ ਦੀ ਬੜੀ ਮੈਂ ਆਖਾਂ ਦਾ ਗੌਰਮੈਂਟ ਲੋਕੋ ਕੋਈ سپورਟ ਨਹੀਂ ਸਾਨਾ ਅਸੀਂ ਵੀ ਆਪਣੇ ਪਿੰਡ ਵਿੱਚ ਗਰਾਊਂਡ ਆਪਣੀ ਜਗ੍ਹਾ ਵਿੱਚ ਜ਼ਮੀਨ ਵਿੱਚ ਬਣਾਇਆ ਆਪਣੇ ਆਪਣਾ ਖਰਚਾ ਕਰਕੇ ਬਣਾਇਆ ਹੈ ਯਾਰ ਤਹਿਸੀਲ ਵਿੱਚ ਚਾਰ ਪਿੰਡ ਵਿੱਚ ਜਸਟੇਮ ਗਰਾਊਂਡ ਹੋਵੇ ਦਾ ਫਿਰ ਬੱਚੇ ਖੇਡਾਂ ਇਧਰ ਆਉਣ ਦੇਤੇ ਔਰ ਸ਼ੌਕ ਪੈਦਾ ਹੋਵੇ ਦਾ ਤਾਂ ਜਾਖ ਸ਼ਹਿਰਾਂ ਵਿੱਚ ਆਵਾਮ ক্রিকেট ਆਕੀ ਜ਼ਿਆਦਾ ਖੇਡਦੀ ਹੈ ਅਗਰ ਉੱਥੇ ਵੀ ਅੱچھے ਕੋਚ ਹੋਣ ਕਬੱਡੀ ਦੀ ਟ੍ਰੇਨਿੰਗ ਦਿੱਤੀ ਜਾ ਸਕੇ ਤੇ ਮਾਸ਼ਾਅੱਲਾ ਉੱਥੇ ਵੀ ਅੱچھے ਖਿਡਾਰੀ ਪੈਦਾ ਹੋਣ ਦੇ ਅੱਛਾ ਸੋਸ਼ਲ ਮੀਡੀਆ ਦਾ ਬੜੀ ਲੇਟ ਆਇਓ ਸਮਝਦੇ ਹੋ ਸੋਸ਼ਲ ਮੀਡੀਆ ਪਾਵਰ ਹੈ ਐਸੇ ਮਾਨੇ ਸਰ ਸੋਸ਼ਲ ਮੀਡੀਆ ਦੀ ਤਾਂ ਪਾਵਰ ਹੈ ਨਾ ਇੱਕ ਜੇ ਇਸ ਟਾਈਮ ਸਾਡੇ ਉਸਤਾਦ ਖੇਡਦੇ ਆਣ ਉਹਨਾਂ ਨੂੰ ਹੀ ਬੰਦਾ ਜਾਣਦਾ ਜਿਹੜਾ ਆ ਕੇ ਮੈਚ ਵੇਖਦਾ ਆਈ ਹੁਣ ਅਸੀਂ ਮੈਚ ਖੇល ਕੇ ਅਪਲੋਡ ਕਰਦੇ ਆਂ ਤੇ ਅਮਰੀਕਾ ਵੇ ਜਾਂ ਜਿੱਥੇ ਵੀ ਬਰੋਨੇ ਮੁਲਕ ਵੀ ਬੰਦੇ ਉਹਨਾਂ ਸਾਰਿਆਂ ਦਾ ਸਾਡਾ ਪਤਾ ਲੱਗ ਗਿਆ ਵਾ ਉਹ ਖਿਡਾਰੀ ਮੈਚ ਖੇਡ ਰਿਹਾ ਹੁਣ ਤੇ ਮਾਸ਼ਾਅੱਲਾ ਸਾਡੀ ਫੈਨ ਫਾਲੋਇੰਗ ਜਿੰਨੇ ਵੀ ਜ਼ਿਆਦਾ ਬਣੀ ਹੈ ਇਹ ਸੋਸ਼ਲ ਮੀਡੀਆ ਦੇ ਵੇ ਤ ਬਣੀ ਹੈ ਅੱਛਾ ਫੈਨ ਫਾਲੋਇੰਗ ਦਾ ਬਣੀ ਹੈ ਮੈਨੂੰ ਇਹ ਦੱਸੋ ਕੋਈ ਕਿਸੇ ਰਾਨੀ ਦਾ ਆਫਰ ਆਇਆ ਵੇ ਕਿ ਸ਼ਾਦੀ ਕਰਨੀ ਹੈ ਜਾਂ ਸਾ ਤੁਹਾਨੂੰ ਬਾਹਰ ਬੁਲਾਉਂਦੇ ਆਂ ਜਾਂ ਪੈਸ

ਆਫਰ ਅੱਲੇ ਜੇ ਗੱਲ ਹੁੰਦੀ ਵੀ ਆਂਦੀ ਤਾਂ ਅਸੀਂ ਬੰਦ ਕਰ ਦਿੰਨੇ ਆ ਕਿਉਂਕਿ ਸਾਨੂੰ ਪਤਾ ਹੈ ਜਿਸ ਟਾਈਮ ਅਸੀਂ ਟਰੈਕ ਤੋਂ ਹਟਣਾ ਹੈ ਫਿਰ ਸਾਡਾ ਜਿਹੜਾ ਰੂਜ ਹੈ ਇੱਜ਼ਤ ਹੈ ਖਤਮ ਹੋ ਜਾਣੀ ਅੱਛਾ ਮੰਡੀ ਬავლਦੀਨ ਇੱਕ ਤਾਂ ਤੁਹਾਡੀ وجہ ਨਾਲ ਮਸ਼ਹੂਰ ਆ ਵੈਸੇ ਰਜ ਕੇ ਖੂਬੀ ਹੈ ਕਿਸ ਵਜ੍ਹਾ ਨਾਲ ਵੈਸੇ ਜਾਣੇ ਜਾਂਦਾ ਕਿ ਇਹ ਖੂਸੀਅਤ ਮੰਡੀ ਬავლਦੀਨ ਨੂੰ ਸ਼ੇਰਾਂ ਦਾ ਸ਼ਹਿਰ ਕਹਿੰਦੇ ਨੇ ਮਾਸ਼ਾਅੱਲਾ ਇੱਥੋਂ ਦੇ ਲੋਕ ਜਿਹਨਾਂ ਬਹੁਤ ਜ਼ਿਆਦਾ ਦਲੇਰ ਨੋ ਔਰ ਬਹੁਤ ਜ਼ਿਆਦਾ ਮਹਿਮਾਨ ਨਵਾਜ਼ ਨੋ ਪੂਰੇ ਪਾਕਿਸਤਾਨ ਵਿੱਚ ਜਿਹੜੇ ਜੱਜ ਨੋ ਸਭ ਤੋਂ ਜ਼ਿਆਦਾ ਜ਼ਿਲ੍ਹਾ ਮੰਡੀ ਬავლਦੀਨ ਸਾਡੇ ਔਰ ਮਾਸ਼ਾਅੱਲਾ ਪੜਨ ਦਾ ਵੀ ਹੁਣ ਬਹੁਤ ਜ਼ਿਆਦਾ ਸ਼ੌਕ ਆ ਗਿਆ ਸਾਡੇ ਇੱਥੇ ਬਹੁਤ ਜ਼ਿਆਦਾ ਅਫਸਰਾਂ ਦੇ ਜ਼ਿਲ੍ਹੇ ਮੰਡੀ ਦੇ ਔਰ ਖਿਡਾਰੀ ਵੀ ਬਹੁਤ ਅੱਛੇ ਵਾਲੀ ਵਾਲ ਦੇ ਵੀ ਨੇ ਕਬੱਡੀ ਦੇ ਵੀ ਨੇ ਹਰ ਫੀਲਡ ਵਿੱਚ ਮੰਡੀ ਬੋਲਦੀ ਬਾੜ ਚੜ੍ਹ ਕੇ ਅੱਗੇ ਜਾ ਰਹੀ ਆ ਅੱਛਾ ਮੈਨੂੰ ਇਹ ਦੱਸੋ ਤੁਸੀਂ ਤੁਹਾਨੂੰ ਕਿਸ ਚੀਜ਼ ਦਾ ਸ਼ੌਕ ਹੈ ਲੋਕਾਂ ਨੂੰ ਸ਼ੌਕ ਹੁੰਦਾ ਗੱਡੀਆਂ ਮੋਟਰਸਾਈਕਲ ਮੱਜਾਂ گاਵਾ ਕਿਸ ਚੀਜ਼ ਦਾ ਤੁਹਾਨੂੰ ਸ਼ੌਕ ਹੈ ਬਹੁਤ ਜ਼ਿਆਦਾ ਜਿਆ ਪਿੱਛੇ ਨਜ਼ਰ ਆ ਰਿਹਾ ਹੈ ਡੇਰਾ ਹੈ ਮੇਰਾ ਡੇਰੇ ਤੇ ਮੱਜਾਂ ਦਾ ਮੈਨੂੰ ਸ਼ੌਕ ਹੈ ਦੇ ਨੇਜ਼ਾਬਾਦੀ ਕਰਨ ਦਾ ਸ਼ੌਕ ਹੈ ਘੋੜੇ ਵੀ ਰੱਖੇ ਘੋੜਿਆਂ ਦਾ ਸ਼ੌਕ ਹੈ ਇੱਕ ਦੋ ਘੋੜੇ ਮੈਂ ਜਿੱਤਿਆਂ ਮੀਆਂ ਤੇ ਕਿਥਾ ਨਾ ਇੱਥੇ ਨਜ਼ਰ ਨਹੀਂ ਆਉਂ ਉਹ ਨਜ਼ਰ ਇਸ ਵੇਲੇ ਤਾਂ ਨਹੀਂ ਆ ਰਿਹਾ ਕਿਉਂਕਿ ਫਿਰ ਜਦੋਂ ਨੇਜ਼ਾਬਾਦੀ ਹੁੰਦੀ ਆਈ ਮੈਂ ਉਹਦਾ ਕਬੱਡੀ ਦਾ ਵੀ ਮੈਚ ਹਾਂਦਾ ਕਬੱਡੀ ਦਾ ਮੈਚ ਮਿਸ ਕਰਕੇ ਫਿਰ ਨੇਜ਼ਾਬਾਦੀ ਤੇ ਚਲਾ ਜਾਂਦਾ ਆਈ ਤੇ ਉਹ ਫਿਰ ਮੇਰੀ ਗੇਮ ਹੀ ਡਿਸਟਰਬ ਹੋ ਰਹੀ ਸੀ ਮੈਂ ਹੁਣ ਫਿਰ ਆਖਿਆ ਜਿਸ ਟਾਈਮ ਕਬੱਡੀ ਛੱਡੀ ਉਸ ਤੋਂ ਬਾਅਦ ਇਨਸ਼ਾਅੱਲਾ ਨਿਜ਼ਾਬਾਦ ਸ਼ੁਰੂ ਕਰਾਂ ਦੇ ਗੱਡੀਆਂ ਛੱਡੀਆਂ ਦਾ ਨਹੀਂ ਸ਼ੌਕ ਗੱਡੀਆਂ ਦਾ ਵੀ ਸ਼ੌਕ ਹੈ ਇਨਸ਼ਾਅੱਲਾ ਮਿਹਨਤ ਕਰ ਰਹੇ ਹਾਂ ਕਿ ਗੱਡੀਆਂ ਵੀ ਅੱਛੀਆਂ ਅੱਛੀਆਂ ਜਿਹੜੀਆਂ ਉਹਨਾਂ ਦੀ ਡਰਾਈਵ ਕਰਾਂ ਗੱਡੀ ਵੈਗਨ ਆਖ ਲੋਤੀ ਹੈ ਪਹਿਲੀ ਗੱਡੀ ਹੈ ਤੁਹਾਡੀ ਨਹੀਂ ਇਸ ਤੋਂ ਪਹਿਲਾਂ ਵੀ ਗੱਡੀਆਂ ਜੀ ਐਲ ਆਈ ਵਗੈਰਾ ਕੋਈ ਗੱਡੀਆਂ ਦਾ ਵੀ ਕੋਈ ਥੋੜਾ ਕਾਰੋਬਾਰ ਕਰੀਦਾ ਸੇਲ ਵੀ ਕਰੀਦੀਆਂ ਪਰਚੇਜ਼ ਵੀ ਕਰੀਦੀਆਂ ਰੱਖੀ ਦਾ ਵੇਚ ਜਾਨੀਆਂ ਰਹਿੰਦੀਆਂ ਜੀ जी नाजरी तो नाजरी उम्मीद करता करा तो आज की वीडियो अच्छी लगे अच्छी लगी होगी इनफॉर्मेशन भी तो बहुत सारी मिली होगी इसी तरह की मजीद वीडियो देखने वास्तव लाइक करो अला हाजा निगबान पाकिस्तान जिंदाबाद